ਇੱਕ ਸਰਪੰਚ ਦੀ ਗੱਡੀ ਦੇ ਮਗਰ ਬਦਮਾਸ਼ ਲੱਗ ਗਏ ਤੇ ਮੌਕਾ ਮਿਲਦੇ ਹੀ ਇਹਨਾਂ ਬਦਮਾਸ਼ਾਂ ਨੇ ਉਸ ਸਰਪੰਚ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਬੰਦੂਕ ਦੀ ਬੱਟ ਦੇ ਨਾਲ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਦਰਅਸਲ ਇਹ ਬਦਮਾਸ਼ ਇਸ ਸਰਪੰਚ ਦਾ ਪਿੱਛੇ ਤੋਂ ਹੀ ਪਿੱਛਾ ਕਰ ਰਹੇ ਹੁੰਦੇ ਨੇ ਤੇ ਜਿਵੇਂ ਹੀ ਸਰਪੰਚ ਰੋਕੀ ਤੇ ਉਸ ਦਾ ਸਾਥੀ ਕਾਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਜਿਮ ਦੇ ਵਿੱਚ ਵੜ ਜਾਂਦੇ ਨੇ ਤਾਂ ਪਿੱਛੋਂ ਗੱਡੀ ਚ ਆਏ ਦੋ ਬਦਮਾਸ਼ ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਉਹਨਾਂ ਨੇ ਆਉਂਦੇ ਹੀ ਪਹਿਲਾਂ ਗੱਡੀ ਤੇ ਗੋਲੀਆਂ ਚਲਾਈਆਂ ਤੇ ਕਾਰ ਦੇ ਸ਼ੀਸ਼ੇ ਭੰਨ ਕੇ ਫਰਾਰ ਹੋ ਗਏ। ਪਰ ਜੇ ਸਰਪੰਚ ਰੋਕੀ ਗੱਡੀ ਦੇ ਵਿੱਚੋਂ ਨਿਕਲਣ ਦੇ ਵਿੱਚ ਥੋੜੀ ਵੀ ਹੋਰ ਦੇਰ ਕਰਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਫਿਲਹਾਲ ਇਹ ਘਟਨਾ ਪਲਵਲ ਦੇ ਹਸਨਪੁਰ ਦੇ ਪਿੰਡ ਡਰਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਸਰਪੰਚ ਨੂੰ ਮਾਰਨ ਦੀ ਫਿਰਾਕ ਦੇ ਵਿੱਚ ਇਹ ਦੋ ਬਦਮਾਸ਼ ਆਉਂਦੇ ਨੇ ਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਨੇ ਤੇ ਇਹ ਘਟਨਾ ਜਿਮ ਦੇ ਬਾਹਰ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਫਿਲਹਾਲ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਸਰਪੰਚ ਰੋਕੀ ਦੀ ਗੱਡੀ ਆਉਂਦੀ ਹੈ ਤੇ ਉਸਦਾ ਸਾਥੀ ਗੱਡੀ ਤੋਂ ਬਾਹਰ ਨਿਕਲਦੇ ਨੇ ਤੇ ਜਸਟ ਸੈਕਿੰਡਸ ਦੇ ਵਿੱਚ ਹੀ ਦੋਵੇਂ ਜਣੇ ਜਿਮ ਦੇ ਅੰਦਰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਦੋ ਬਦਮਾਸ਼ ਉਤਰਦੇ ਨੇ ਅਤੇ ਆਉਂਦੇ ਹੀ ਗੱਡੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਗੱਡੀ ਦੇ ਸ਼ੀਸ਼ੇ ਵੀ ਭੰਨਦੇ ਨੇ। ਹਾਲਾਂਕਿ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਇਹ ਘਟਨਾ ਪਲਵਲ ਦੇ ਹਸਨਪੁਰ ਦੇ ਪਿੰਡ ਡਰਾਣਾ ਤੋਂ ਸਾਹਮਣੇ ਆਈ ਹੈ। ਇੱਕ ਸਰਪੰਚ ਦੀ ਗੱਡੀ ਦੇ ਮਗਰ ਬਦਮਾਸ਼ ਲੱਗ ਗਏ ਤੇ ਮੌਕਾ ਮਿਲਦੇ ਹੀ ਇਹਨਾਂ ਬਦਮਾਸ਼ਾਂ ਨੇ ਉਸ ਸਰਪੰਚ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਬੰਦੂਕ ਦੀ ਬੱਟ ਦੇ ਨਾਲ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਦਰਅਸਲ ਇਹ ਬਦਮਾਸ਼ ਇਸ ਸਰਪੰਚ ਦਾ ਪਿੱਛੇ ਤੋਂ ਹੀ ਪਿੱਛਾ ਕਰ ਰਹੇ ਹੁੰਦੇ ਨੇ ਤੇ ਜਿਵੇਂ ਹੀ ਸਰਪੰਚ ਰੋਕੀ ਤੇ ਉਸਦਾ ਸਾਥੀ ਕਾਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਜਿਮ ਦੇ ਵਿੱਚ ਵੜ ਜਾਂਦੇ ਨੇ ਤਾਂ ਪਿੱਛੋਂ ਗੱਡੀ 'ਚ ਆਏ ਦੋ ਬਦਮਾਸ਼ ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਉਹਨਾਂ ਨੇ ਆਉਂਦੇ ਹੀ ਪਹਿਲਾਂ ਗੱਡੀ ਤੇ ਗੋਲੀਆਂ ਚਲਾਈਆਂ ਤੇ ਕਾਰ ਦੇ ਸ਼ੀਸ਼ੇ ਭੰਨ ਕੇ ਫਰਾਰ ਹੋ ਗਏ। ਪਰ ਜੇ ਸਰਪੰਚ ਰੋਕੀ ਗੱਡੀ ਦੇ ਵਿੱਚੋਂ ਨਿਕਲਣ ਦੇ ਵਿੱਚ ਥੋੜੀ ਵੀ ਹੋਰ ਦੇਰ ਕਰਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਫਿਲਹਾਲ ਇਹ ਘਟਨਾ ਪਲਵਲ ਦੇ ਹਸਨਪੁਰ ਦੇ ਪਿੰਡ ਡਰਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਸਰਪੰਚ ਨੂੰ ਮਾਰਨ ਦੀ ਫਿਰਾਕ ਦੇ ਵਿੱਚ ਇਹ ਦੋ ਬਦਮਾਸ਼ ਆਉਂਦੇ ਨੇ ਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਨੇ ਤੇ ਇਹ ਘਟਨਾ ਜਿਮ ਦੇ ਬਾਹਰ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਫਿਲਹਾਲ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਸਰਪੰਚ ਰੋਕੀ ਦੀ ਗੱਡੀ ਆਉਂਦੀ ਹੈ ਤੇ ਉਸਦਾ ਸਾਥੀ ਗੱਡੀ ਤੋਂ ਬਾਹਰ ਨਿਕਲਦੇ ਨੇ ਤੇ ਜਸਟ ਸੈਕਿੰਡਸ ਦੇ ਵਿੱਚ ਹੀ ਦੋਵੇਂ ਜਣੇ ਜਿਮ ਦੇ ਅੰਦਰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਦੋ ਬਦਮਾਸ਼ ਉਤਰਦੇ ਨੇ ਅਤੇ ਆਉਂਦੇ ਹੀ ਗੱਡੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਗੱਡੀ ਦੇ ਸ਼ੀਸ਼ੇ ਵੀ ਭੰਨਦੇ ਨੇ। ਹਾਲਾਂਕਿ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਇਹ ਘਟਨਾ ਪਲਵਲ ਦੇ ਹਸਨਪੁਰ ਦੇ ਪਿੰਡ ਡਰਾਣਾ ਤੋਂ ਸਾਹਮਣੇ ਆਈ ਹੈ।